ਇਹ ਪੱਗ ਤੇ ਸਰਦਾਰੀ ਐ ਨਹੀਂ ਮਿਲੀ ਗੁਰੂਆਂ ਨੇ ਸਰਬੰਸ ਵਾਰਤੇ ਦੀ ਖਾਤਰ ਛਿੰਦਿਆ ਆਪਣੇ ਔਕਾਤ ਤੇ ਗੱਲ ਕਰ ਧੀਆਂ ਪੈਣਾ ਸਭ ਦੇ ਸਾਂਝੀਆਂ ਹੁੰਦੀਆਂ ਨੇ ਉਹ ਤੇਰੇ ਵਰਗੇ ਹੁੰਦੇ ਨੇ ਪਟਵਾਰੀ ਜਦੋਂ ਘਰ ਦੇ ਛੋਟੇ ਦੇ ਪੈਰ ਡਗਮਗਾਉਣ ਲੱਗ ਜਾਣ ਨਾ ਫਿਰ ਪੁੱਛਣਾ ਹੀ ਪੈਂਦਾ ਪਟਵਾਰੀ ਸਾਹਿਬ ਤੁਹਾਡਾ ਭਰਾ ਤਾਂ ਦੁਸ਼ਮਣ ਦੇ ਭਰਾ ਨੂੰ ਜੱਫੀਆਂ ਪਾ ਰਿਹਾ ਤੁਸੀਂ ਤਾਂ ਉਹਦੀ ਨੀਂਹ ਹਿਲਾਉਣ ਦੀ ਸੌਂ ਖਾਧੀ ਹੈ ਨਾ ਹੁਣ ਬਾਈ ਜੀ ਤਾਂ ਸ਼ਾਮ ਤੱਕ ਨਾ ਆਉਣਗੇ ਅਸੀਂ ਉਹਨਾਂ ਦਾ ਮੂੰਹ ਵੇਖੀ ਜਾਵਾਂਗੇ ਬਸ ਹੁਣ ਵੇਖੀ ਜਾ ਪਹਿਲੇ ਤੋੜਦੀ ਦਾਰੂ ਵਾਂਗੂ ਜੱਸੇ ਤੇ ਗੁਰਮੁਖ ਦੇ ਰਿਸ਼ਤੇ ਨੂੰ ਕਿਵੇਂ ਅੱਗ ਪੈਂਦੀ ਹੈ ਅੱਗ ਤੇ ਚਿੱਟਾ ਕੁੜਤਾ ਪਜਾਮਾ ਪਾ ਕੇ ਸਵੇਰੇ ਨਿਕਲ ਜਾਣਾ ਤੇ ਕੰਮ ਕਰੇ ਜੱਸਾ ਨਾ ਮੈਂ ਤੇਰਾ ਸੀਰੀ ਲੱਗਾ ਹੁਣ ਭਾਈ ਨਾਲ ਦੁਨੀਆ ਨਹੀਂ ਬੋਲਦੀ ਬਿਨਾਂ ਭਾਈਆਂ ਦੇ ਇਹ ਪੈਰਾਂ ਵਿੱਚ ਰੋਲਦੀ ਜੱਸੇ ਤੇ ਕੋਮਲ ਨੂੰ ਕਦੇ ਵੀ ਭਰਾ ਤੇ ਭਜਾਈ ਨਹੀਂ ਸਮਝਿਆ ਸੋ ਆਪਣੇ ਬੱਚਿਆਂ ਨੂੰ ਪਿਆਰ ਕੀਤਾ ਪਰ ਜਿਵੇਂ ਇਹ ਗੱਲ ਕਰਕੇ ਗਏ ਨੇ ਹਾਏ ਲੱਗਦਾ ਜਿਵੇਂ ਕੋਈ ਸਾਡੇ ਸ਼ਰੀਕ ਹੋਣ ਸਾਰਿਆਂ ਤੂੰ ਕੌਣ ਹੁੰਦਾ ਮੈਨੂੰ ਸਮਝਾਉਣ ਵਾਲਾ ਜੱਸਿਆ ਜੱਸਿਆ ਜੰਮੇ ਨਾਲ ਦਿਆਂ ਦਾ ਖੂਨ ਪਾਣੀ ਹੋ ਗਿਆ ਲੱਗਦਾ ਏ ਮੈਨੂੰ ਮੇਰਾ ਹਿੱਸਾ ਚਾਹੀਦਾ ਇਹ ਘਰ ਮੇਰੇ ਵੰਡੇ ਆਉਂਦਾ ਇਹ ਘਰ ਦਿਓ ਮੈਨੂੰ ਜੱਸੇ ਦਾ ਭਰਾ ਹਲੇ ਜਿਉਂਦਾ ਤੇ ਜਿੰਨਾ ਚਿਰ ਮੈਂ ਜਿਉਂਦਾ ਨਾ ਮੇਰੇ ਭਰਾ ਵੱਲ ਤਾਂ ਕੋਈ ਅੱਖ ਭਰ ਕੇ ਵੀ ਨਹੀਂ ਤੱਕ ਸਕਦਾ ਜੰਮੇ ਨਾਲ ਦੇ ਜੰਮੇ ਨਾਲ